ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਬੜੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰੀ ਫੇਰ ਹਾਜ਼ਰ ਹੋ ਚੁੱਕੇ ਹਾਂ ਯਕੀਨ ਕਰੋ ਕਿ ਬੜੇ ਰੌਲੇ ਪੈ ਨੇ ਹਰ ਪਾਸੇ ਲਿਸਟਾਂ ਤਿਆਰ ਹੋ ਰਹੀਆਂ ਨੇ ਕਿ ਕਿਹੜੇ ਕਿਹੜੇ ਬੰਦੇ ਜਿਹੜੇ ਨੇ ਉਹਨਾਂ ਦੀ ਖਾਤਰ ਤਵਾਜੋ ਜਿਹੜੀ ਹੈ ਉਹ ਹੋਣੀ ਹੈ ਕਿੰਨੇ ਕਿੰਨੇ ਬੰਦਿਆਂ ਨੇ ਉਤਾਂ ਛੜਨਾ ਕਿੱਥੇ ਕਿੱਥੇ ਜਾਣਾ ਗ੍ਰਿਫਤਾਰੀਆਂ ਹੋਣੀਆਂ ਨੇ ਔਰ ਮੁਕਦਮਾਤ ਫੌਜੀ ਅਦਾਲਤਾਂ ਸੁਪਰੀਮ ਕੋਰਟ ਦੇ ਵਿੱਚ ਰੋਲੇ ਮਲਕ ਰਿਆਜ਼ ਮੀਆਂ ਸਾਹਿਬ ਦੀਆਂ ਮੁਲਾਕਾਤਾਂ ਅੜਿਆਲਾ ਜੇਲ੍ਹ ਦੇ ਵਿੱਚ ਚੀਕਾਂ پرویز ਲਈ ਦੀਆਂ ਉਲਟ ਬਾਜ਼ੀਆਂ ਮੁੰਨਸ ਲਈ ਦੇ ਅਜੀਬੋ ਗਰੀਬ ਕਿਸਮ ਦੇ ਖੇਡ ਬਿਲਕੁਲ ਕੰਮ ਜਿਹੜਾ ਨਾ ਇਹ ਹੁਣ ਸੌਦੀ ਸਪੀਡ ਦੇ ਨਾਲ ਅਗਾਂਹ ਜਾਂਦਾ ਸਾਨੂੰ ਨਜ਼ਰ ਆਂਦਾ ਹੈ ਯਕੀਨ ਕਰੋ ਕਿਉਂਕਿ ਮੈਂ ਹਮੇਸ਼ਾ ਹੀ ਕਹਿੰਦਾ ਸੀ ਪਿਆ ਸ਼ਾਰਾ ਨੂੰ ਕਿ ਇਹੀ ਦੋ ਤਰ੍ਹਾਂ ਮਹੀਨੇ ਨੇ ਇਹਦੇ ਵਿੱਚ ਤੁਸੀਂ ਇੱਕ ਸਮਤ ਜਿਹੜੀ ਹੈ ਪਾਕਿਸਤਾਨ ਦੀ ਉਹ ਦਰਸਤ ਕਰ ਸਕਦੇ ਹੋ ਯਾਨੀ ਕਿ ਇੱਕ ਪਾਸੇ ਤੁਸੀਂ ਗੱਲ ਲਾ ਸਕਦੇ ਹੋ ਕਿ ਭਾਈ ਇੱਧਰ ਅਸੀਂ ਜਾਣਾ ਤੁਸੀਂ ਵੇਖ ਲਓ ਨਾ ਭਾਈ ਡਾਲਰ ਮਾਫੀਆ ਦੇ ਖਿਲਾਫ ਸ਼ਾਹ ਜੀ ਨੇ ਆਪਰੇਸ਼ਨ ਕੀਤਾ ਮਾਸ਼ਾਅੱਲਾ ਔਰ ਡਾਲਰ ਜਿਹੜਾ ਉਹ ਥੱਲੇ ਜਾ ਰਿਹਾ ਹੈ ਪਾਕਿਸਤਾਨ ਦਾ ਰੁਪਈਆ ਮਜ਼ਬੂਤ ਹੋ ਰਿਹਾ ਹੈ ਸਟਾਕ ਐਕਸਚੇਂਜ ਜਿਹੜੀ ਹੈ ਉਹ 57000 ਤੋਂ ਵੀ ਟੱਪ ਗਈ ਆ ਇਹ ਮੈਂ ਸਮਝਦਾ ਕਿ ਨਵਾਜ਼ ਸ਼ਰੀਫ ਦੇ ਦੌਰ ਦੇ ਵਿੱਚ ਸਟਾਕ ਐਕਸਚੇਂਜ ਜਿਹੜੀ ਸੀ ਨਾ ਇਸ ਲੈਵਲ ਤੇ ਰਹਿੰਦੀ ਸੀ ਹਰ ਟਾਈਮ ਤੇ ਜਿਹੜੀ ਅੱਜ ਸ਼ਾਰਾਂ ਉੱਥੇ ਪਹੁੰਚਾਈਏ ਬਿਜ਼ਨਸ ਕਾਰੋਬਾਰ ਦਾ ਪੱਇਆ ਚੱਲਿਆ ਔਰ ਅਫਗਾਨੀਆਂ ਦੇ ਖਿਲਾਫ ਆਪਰੇਸ਼ਨ ਜਾਰੀ ਹੈ ਜਿਹੜੇ ਸਮਗਲਿੰਗ ਕਰਦੇ ਸੀ ਉਹਨਾਂ ਦੇ ਖਿਲਾਫ ਬਾਰਡਰਾਂ ਤੇ ਸਾਰਾ ਧਿਆਨ ਤੱppa ਦਿੱਤਾ ਗਿਆ ਜਿਹੜੀਆਂ ਚੀਜ਼ਾਂ ਪਾਕਿਸਤਾਨ ਤੋਂ ਬਾਹਰ ਜਾਂਦੀਆਂ ਸੀ ਉਹ ਰੁਕੀਆਂ ਨੇ ਡਾਲਰ ਜਿਹੜਾ ਉਹ ਬਾਹਰ ਜਾਣਾ ਜਿਹੜਾ ਜਾਂਦਾ ਸੀ ਇਸ ਅਫਗਾਨਿਸਤਾਨ ਉਹ ਰੁਕਿਆ ਤੇ ਬੜੇ ਕੰਮ ਜਿਹੜੇ ਨੇ ਇਸ਼ਾਰਾਂ ਕੀਤੇ ਨੇ ਸलाम ਪੇਸ਼ ਕਰਨੇ ਆ ਸ਼ਾਹ ਜੀ ਤੁਹਾਡੀ ਸਾਰੀ ਟੀਮ ਨੂੰ ਨਿਗਰਾਨ ਹਕੂਮਤ ਨੂੰ ਵੀ ਔਰ ਉਸ ਤੋਂ ਪਹਿਲੇ ਸ਼ਿਵਾਸ਼ਦੀਪ ਸਾਹਿਬ ਦੀ ਹਕੂਮਤ ਨੂੰ ਬਲਾਵਲ ਸਾਹਿਬ ਨੂੰ ਸਾਰਿਆਂ ਨੂੰ ਤੇ ਹੁਣ ਵਕ ਕੰਮ ਤੇ ਆਪਣਾ ਵਕਤ ਥੋੜਾ ਤੇ ਕੰਮ ਜ਼ਿਆਦਾ ਨੇ ਠੀਕ ਹੋ ਗਿਆ ਨਾ ਤੇ ਮੈਂ ਸਮਝੀ ਨਾ ਕਿ ਇਹ ਇਸੇ ਰਫ਼ਤਾਰ ਦੇ ਨਾਲ ਹੀ ਸਾਨੂੰ ਅੱਗੇ ਚੱਲਣਾ ਚਾਹੀਦਾ ਜੇ ਅਸੀਂ ਆਪਣੇ ਮੁਲਕ ਨੂੰ ਅੱਲਾ ਦੇ ਫਜ਼ਲੋ ਕਰਮ ਦੇ ਨਾਲ ਜੋ ਸਾਨੂੰ ਉਮੀਦ ਹੈ ਕਿ ਅਸੀਂ ਕਿਸੇ ਪਾਸੇ ਇੱਕ ਸਾਡੀ ਸਿਮਤ درست ਹੋ ਜਾਏ ਔਰ ਅਸੀਂ ਤਰੱਕੀ ਦੇ ਰਸਤੇ ਤੇ ਚੱਲ ਪਵੀਏ ਔਰ ਅਸੀਂ ਇਮਾਨਦਾਰੀ ਵਾਲੇ ਰਸਤੇ ਤੇ ਚੱਲੀਏ ਇਨਸਾਫ ਵਾਲੇ ਰਸਤੇ ਤੇ ਚੱਲੀਏ ਔਰ ਪਾਕਿਸਤਾਨ ਦੀ ਆਵਾਮ ਜਿਹੜੀ ਹੈ ਉਹਦੀ ਬਿਹਤਰੀ ਆਸਤੇ ਉਹਦੀ ਖਿਦਮਤ ਆਸਤੇ ਅਸੀਂ ਐਸੇ ਐਸੇ ਮਨਸੂਬੇ ਲੈ ਕੇ ਆਵੀਏ ਕਿ ਆਵਾਮ ਨੂੰ ਹਰ ਪਾਸਿਓਂ ਰਿਲੀਫ ਜਿਹੜਾ ਨਾ ਉਹ 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 ਮਿਲੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਇਲੈਕਸ਼ਨਾਂ ਤੋਂ ਬਾਅਦ ਜਿਹੜੀ ਵੀ ਹਕੂਮਤ ਆਏਗੀ ਉਹ ਆਵਾਮ ਵਾਸਤੇ ਬਹੁਤ ਜ਼ਿਆਦਾ ਕੰਮ ਕਰੇਗੀ ਠੀਕ ਹੋ ਗਿਆ ਨਾ ਜੀ ਤੇ ਵੱਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ 84000 ਡਾਲਰ ਇੱਕ ਰਾਤ ਦਾ ਮੁਜਰਾ ਛੋਟਾ ਡਾਕੂ ਬੇਨਕਾਬ ਬਹੁਤ ਵੱਡੀ ਖਬਰ ਹੈ ਜਿਹੜੀ ਮੈਂ ਤੁਹਾਡੇ ਸਾਹਮਣੇ ਰੱਖਣ ਲੱਗਾ ਠੀਕ ਹੋ ਗਿਆ ਨਾ ਜੀ 84000 ਡਾਲਰ ਦੇ ਵਿੱਚ ਇੱਕ ਰਾਤ ਦਾ ਮੁਜਰਾ ਛੋਟਾ ਡਾਕੂ ਬੈਂਕ ਆਪ ਇੱਕ ਹੀ ਮਾਮਲਾ ਇਹ ਤੁਹਾਨੂੰ ਦੱਸਨੇ ਮਲਕ ਰਿਆਜ਼ ਨੇ ਨਿਆਜ਼ੀ ਦੀ ਮੰਜੀ ਠੋਕ ਦਿੱਤੀ ਤੇ ਵਾਦਾ ਮਾਫ ਗਵਾ ਇਹ ਕੀ ਮਾਮਲਾ ਹੈ ਇਹ ਵੀ ਤੁਹਾਡੇ ਸਾਹਮਣੇ ਗੋਸ਼ਕੁਜ਼ਾਰ ਕਰਨੇ ਨਵਾਜ਼ ਸ਼ਰੀਫ ਦੀ ਅਮਰੀਕੀ ਸفیر ਨਾਲ ਮੁਲਾਕਾਤ عارف ﺍﻟਵਿਦਾ ਵੱਡਾ ਬਿਆਨ ਇਹ ਤਿੰਨ ਚਾਰ ਖਬਰਾਂ ਨੇ ਜਿਹੜੀਆਂ ਮੈਂ ਤੁਹਾਡੇ ਗੋਸ਼ਕੁਜ਼ਾਰ ਕਰਨੀਆਂ ਹੈ ਤਵੱਜੋ ਤੁਹਾਡੀ ਪੂਰੀ ਚਾਹੀਦੀ ਹੈ ਪਹਿਲੀ ਖਬਰ ਤੇ ਆ ਜਾਈਏ ਸੀ 84000 ਡਾਲਰ ਇੱਕ ਰਾਤ ਦਾ ਮੁਜਰਾ ਤੇ ਛੋਟਾ ਡਾਕੂ ਬੇਨਕਾਬ ਵੱਡਾ ਡਾਕੂ ਤੇ ਛੋਟਾ ਡਾਕੂ ਤੁਹਾਨੂੰ ਪਤਾ ਹੈ ਕਿ ਨਿਆਜ਼ੀ ਨੇ ਨਿਆਜ਼ੀ ਕਹਿੰਦਾ ਹੁੰਦਾ ਸੀ ਕਿ پرویز ਲਾਈ ਜਿਹੜਾ ਇਹ ਪੰਜਾਬ ਦਾ ਸਭ ਤੋਂ ਵੱਡਾ ਡਾਕੂ ਹੈ ਔਰ ਫਿਰ پرویز ਲਾਈ ਨੂੰ ਤਰੀਕੇ ਇਨਸਾਫ ਦਾ ਸਦਰ ਬਣਾ ਦਿੱਤਾ ਯਾਨੀ ਕਿ ਜਿਹੜਾ ਸਭ ਤੋਂ ਵੱਡਾ ਡਾਕੂ ਸੀ ਪੰਜਾਬ ਦਾ ਉਹਨੂੰ ਆਪਣੀ ਪਾਰਟੀ ਦਾ ਸਦਰ ਬਣਾ ਲਿਆ ਮੈਂ ਕਿਹਾ ਮੈਂ ਜ਼ਰਾ ਯੁੱਥੀਆਂ ਨੂੰ ਨੇੜੇ ਨੇੜੇ ਕਰ ਲਾਂ ਕਿਉਂਕਿ ਤੁਹਾਡਾ صدر ਜਿਹੜਾ ਉਹ ਬਣ ਗਿਆ ਜਿੰਨੂੰ ਖਾਨ ਸਾਹਿਬ ਕਹਿੰਦੇ ਸੀ ਕਿ ਇਹ ਪੰਜਾਬ ਦਾ ਸਭ ਤੋਂ ਵੱਡਾ ਡਾਕੂ ਏ ਠੀਕ ਹੋ ਗਿਆ ਨਾ ਤੇ ਉਹਦੇ ਨਾਲ ਫਿਰ ਤੁਹਾਨੂੰ ਪਤਾ ਹੈ ਵੱਡਾ ਡਾਕੂ ਛੋਟਾ ਡਾਕੂ ਜ਼ਮਾਨਪਾਰਕ ਗੋਗੀ ਪੀਰਨੀ ਬੁਜ਼ਦਾਰ ਇਹਨਾਂ ਨੇ ਫਿਰ ਰਲ ਕੇ ਤਬਦੀਲੀ ਜਿਹੜੀ ਨਾ ਉਪਾੜੀ ਪਾਕਿਸਤਾਨ ਦੀ ਪਾੜ ਕੇ ਫਿਰ ਲੀਰੋ ਲੀਰ ਕੀਤੀ ਇੱਕ ਇੱਕ ਸ਼ਹਿਰ ਜਿਹੜੀ ਇਹ ਨਾ ਉਹ ਲੁੱਟੀ ਲੁੱਟ ਕੇ ਫਿਰ ਇੱਕ ਤਾਂ ਹੁੰਦਾ ਮੈਂ ਲੁੱਟਣਾ ਲੁੱਟ ਕੇ ਫਿਰ ਖਰਾਬ ਕੀਤੀ ਹਰਸ਼ ਮਤਲਬ ਇੱਕ ਵਾਰ ਨਾ ਡਾਕੂ ਆਉਂਦੇ ਨੇ ਚੀਜ਼ਾਂ ਚੂਜ਼ਾਂ ਕਰ ਦੀਆਂ ਲੁੱਟ ਕੇ ਟਰੱਕਾਂ ਚ ਪਾ ਕੇ ਲੈ ਜਾਂਦੇ ਨੇ ਫਿਰ ਕਈ ਡਾਕੂ ਜਿਹੜੇ ਹੁੰਦੇ ਨੇ ਉਹ ਘਰ ਨੂੰ ਅੱਗ ਲਾ ਜਾਂਦੇ ਬਖਾਤਾ ਹੀ ਖਤਮ ਕਰੋ ਇਹਨਾਂ ਨੇ ਇੰਜ ਕੀਤਾ ਬਰ ਨਾਲੇ ਲੁੱਟਿਆ ਤੇ ਨਾਲੇ ਲੀਰੋ ਲੀਰ ਕੀਤਾ ਪੰਜਾਬ ਖਾਸ ਤੌਰ ਤੇ ਤੇ ਪਖਤੂਨ ਖਾ ਦਾ ਤੇ ਨਾ ਰੜੇ ਦੱਸਾਂ ਸਾਲਾ ਜੀ ਕਰ ਦਿੱਤਾ ਨਾ ਬਾ ਉੱਥੇ ਕਿਸੇ ਕੋਲ ਮਤਲਬ ਕਿ ਜੁੱਤੀ ਬਾਣ ਨੂੰ ਕੱਪੜੇ ਬਾਣ ਨੂੰ ਪੈਸੇ ਨਹੀਂ ਇਸ ਹਿਸਾਬ ਤੱਕ ਲੁੱਟਿਆ ਉੱਥੇ ਠੀਕ ਹੋ ਗਿਆ ਇਹ ਹੁਣ ਸਰਕਾਰ منی ਲਾਂਡਰਿੰਗ ਦਾ ਕੇਸ ਬਣ ਜਾਂਦਾ ਵੱਡੇ ਡਾਕੂ ਤੇ ਛੋਟੇ ਡਾਕੂ ਵੱਡਾ ਚੌਰ ਸਾਹਿਬ ਨੇ ਉਹ ਅੰਦਰ ਨੇ ਕਾਬਲੇ ਇਤਰਾਮ ਨੇ ਸਾਡੇ ਇਹਨਾਂ ਡਾਕੂ ਨੂੰ Imran Khan ਨੇ ਕਿਹਾ ਅਸੀਂ ਉਹਦੀ ਕਈ ਹੋਈ ਗੱਲ ਜਿਹੜੀ ਉਹ ਇਹਦੇ ਵਿੱਚ ਬਾਰ ਬਾਰ ਉਹ ਜ਼ਿਕਰ ਅਸੀਂ ਕਰਨਾ ਚਾਹੁੰਦੇ ਕਿਉਂਕਿ ਖਾਨ ਸਾਹਿਬ ਨੇ ਇੱਕ ਗੱਲ ਕੀਤੀ ਠੀਕ ਹੈ ਸਾਡੇ ਆਸ ਵਿੱਚ ਚੌਰ ਸਾਹਿਬ ਬੜੇ ਕਾਬਲੇ ਇਤਰਾਮ ਨੇ ਇਹ ਅਸੀਂ ਨਾਲ ਦੱਸਦੇ ਹਾਂ ਬਜ਼ੁਰਗ ਵੀ ਨੇ ਤੇ ਕਾਬਲੇ ਇਤਰਾਮ ਨੇ ਇਹ ਹੁਣ ਜਨਾਬ ਜਦੋਂ ਵੱਡੇ ਡਾਕੂ ਦੀ ਹਕੂਮਤ ਪੰਜਾਬ ਦੇ ਵਿੱਚ ਨਿਆਜ਼ੀ ਤੋੜ ਦਿੰਦਾ ਤੇ ਛੋਟਾ ڈاکੂ ਜਿਹੜਾ ਉਹ ਸਪੈਸ਼ਲ ਜਹਾਜ਼ ਲੈ ਕੇ ਤੇ ਵਿੱਚ ਬੜਾ ਸਾਜ਼ੋ ਸਮਾਨ ਲੈ ਕੇ ਤੇ ਨਸ ਜਾਂਦਾ ਸਪੈਸ਼ਲ ਜਹਾਜ਼ ਕਰਾ ਕੇ ਨਸ ਜਾਂਦਾ ਪਾਕਿਸਤਾਨ ਤੋਂ ਜਾ ਕੇ ਸਪੇਨ ਦੇ ਵਿੱਚ ਡੇਰੇ ਲਾ ਲਿੰਦਾ ਹੈ ਔਰ ਸਪੇਨ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਉਹਨਾਂ ਦੇ ਕਾਰੋਬਾਰ ਵੀ ਨੇ ਬੜੀ ਢੇਰ ਦੇ ਤੇ ਹੁਣ ਵੀ ਪਿਛਲੇ 3-4 ਸਾਲਾਂ ਦੇ ਵਿੱਚ ਛੋਟਾ ڈاکੂ ਜਿਹੜਾ ਉਹਨੇ ਕਾਫੀ ਕਾਰੋਬਾਰ ਜਿਹੜੇ ਨੇ ਉਹ ਉੱਥੇ ਬਣਾਏ ਨੇ ਕੋਈ ਪਾਰਕਿੰਗ ਪਲਾਜ਼ੇ ਨੇ ਗੱਡੀਆਂ ਲਈਆਂ ਕੋਈ ਟੈਕਸੀਆਂ ਦੇ ਬਿਜ਼ਨਸ ਨੇ ਹੋਰ ਕੋਈ ਇਸ ਤਰ੍ਹਾਂ ਦੇ ਕਾਫੀ ਉਹਦੇ ਇਹ ਕਾਰੋਬਾਰ ਜਿਹੜੇ ਨੇ ਨਾ ਉਹ ਵਧੇ ਨੇ ਵਧੇ ਨੇ ਕਿ ਤਰੱਕੀ ਕੀਤੀ ਹੈ ਛੋਟੇ ڈاکੂ ਨੇ ਇਸ ਸੁਪੇਨ ਬਾਰਸਲੋਨਾ ਤੇ ਸਜੇ ਖਬੇ ਹੁਣ ਹੁੰਦਾ ਇਹ ਵੀ ਕਿ ਇਹ ਮਨੀ ਲਾਂਡਰਿੰਗ ਦੇ ਕੇਸ ਤੇ ਵਿੱਚ ਨਿੱਕਾ ڈاکੂ ਜਿਹੜਾ ਉਹ ਅਦਾਲਤ ਨੇ ਉਹਦੀ ਜਦਾਦ ਉਹਦੇ ਕਾਰ ਉਹਦੀ ਬੈਂਕ ਅਕਾਊਂਟ ਉਹਦਾ ਸਾਰਾ ਖਾਤਾ ਜਿਹੜਾ ਨਾ ਉਹ ਸੀਲ ਕਰ ਦਿੱਤਾ ਜ਼ਬਤ ਕਰ ਲਿਆ ਔਰ ਵਾਰੰਟ ਜਾਰੀ ਕਰ ਦਿੱਤੇ ਅਸ਼ਤਿਆਰੀ ਕਰਾਰ ਦੇ ਦਿੱਤਾ ਛੋਟੇ ڈاکੂ ਨੂੰ اور حکومت پاکستان ਜਿਹੜੀ ਹੈ ਉਹਨੇ ਇੰਟਰਪੋਲ ਨੂੰ ਖਤ ਲਿਖ ਦਿੱਤਾ ਕਿ ਇੰਟਰਪੋਲ ਵਾਲੇ ਇੱਕ ਛੋਟਾ ڈاکੂ ਸਪੇਨ ਦੇ ਵਿੱਚ ਛੁਪਿਆ ਤੇ ਇਹਨੂੰ ਫੜ ਕੇ ਤੇ ਜ਼ਰਾ ਪਾਕਿਸਤਾਨ ਦੇ ਹਵਾਲੇ ਕੀਤਾ ਜਾਏ ਇਸ ਹੱਦ ਤੱਕ ਤੇ ਤੁਹਾਨੂੰ ਅੱਗੇ ਅਸੀਂ ਦੱਸਿਆ ਹੁਣ ਜਿਹੜੀ ਖਬਰ ਅਸੀਂ ਲੈ ਕੇ ਆਏ ਹਾਂ ਕਿ ਸਪੇਨ ਦੇ ਵਿੱਚ ਛੋਟੇ ڈاکੂ ਨੇ 84000 ਡਾਲਰ ਦਾ ਇੱਕ ਰਾਤ ਦਾ ਮੁਜਰਾ ਕਰਾਇਆ ਸੀ ਸਪੈਸ਼ਲ ਮੁਜਰਾ ਖਾਸul ਖਾਸ ਮੁਜਰਾ ਗਰੀਆਂ ਬਦਾਮਾਂ ਵਾਲਾ ਮੁਜਰਾ ਤੇ ਦੁੱਧ ਤੇ ਖੀਰਾਂ ਵਾਲਾ ਮੁਜਰਾ ਇਹ ਹੁਣ ਮੁਜਰਾ ਕੀ ਸੀ ਨਵੇਂ ਸਾਲ ਸੀ ਜ ਜ ਨੂੰ ਤੁਸੀਂ ਨਿਊ ਇਅਰ ਨਾਈਟ ਕਹਿੰਦੇ ਆ ਇਹ ਜਿਹੜੀ ਪਿਛਲੇ ਸਾਲ ਨਿਊ ਇਅਰ ਨਾਈਟ ਗੁਜ਼ਰੀ ਏ ਉਹਦੀ ਗੱਲ ਪਿਆ ਕਰਨਾ ਜਿਹੜੀ ਗੱਲ ਗੱਲਾਂ ਫਿਰ ਦੇਰ ਨਾਲ ਚੀਜ਼ਾਂ ਬਾਹਰ ਆਂਦੀਆਂ ਨੇ ਲੋਕੀ ਖੋਜ ਲਾਉਂਦੇ ਰਹਿੰਦੇ ਨੇ ਹਾਸਤਾ ਹਾਸਤਾ ਫਿਰ ਖੁਰਕੜ ਦੇ ਕਿੜਦੇ ਆ ਫਿਰ ਪੂਰੀ ਖਬਰ ਜਿਹੜੀ ਏ ਉਹ ਜਾ ਕੇ ਕਿਧਰੇ ਜਾ ਕੇ ਬਾਹਰ ਨਿਕਲਦੀ ਏ ਇਹ ਉਹ ਨਿਊ ਇਅਰ ਨਾਈਟ ਤੇ ਭਾਰਤੀ ਇੱਕ ਅਦਾਕਾਰਾ ਕਹਿ ਲੋ ਜਾਂ ਡਾਂਸਰ ਕਹਿ ਲਓ ਜਾਂ ਤੁਸੀਂ ਉਹਨੂੰ ਕਹਿ ਲੋ ਕਿ ਉਹ ਵੱਡੀਆਂ-ਵੱਡੀਆਂ ਮਹਿਫਲਾਂ ਦੇ ਵਿੱਚ ਜਾ ਕੇ ਆਪਣਾ ਡਾਂਸ ਦਾ ਪਰਫਾਰਮੈਂਸ ਕਰਦੀ ਹੈ ਮੁਜਰਾ ਕਰਦੀ ਹੈ ਉਹਨੂੰ ਤੁਸੀਂ ਪੰਜਾਬੀ ਜ਼ਬਾਨ ਵਿੱਚ ਮੁਜਰਾ ਹੀ ਕਹਿ ਸਕਦੇ ਹੋ ਤੇ ਉਹਨੂੰ ਤੁਸੀਂ ਹੋਰ ਜ਼ਬਾਨ ਵਿੱਚ ਤੁਸੀਂ ਪਰਫਾਰਮੈਂਸ ਵੀ ਕਹਿ ਸਕਦੇ ਹੋ ਕਿਉਂਕਿ ਉਹ ਇੱਕ ਐਕਟਰ ਹੈ ਔਰ ਉਹਦਾ ਇੱਕ ਉਹ فن ਹੈ ਮੁਜਰਾ ਬੜੀ ਮਸ਼ਹੂਰ ਹੈ ਬੜਾ ਨਾਂ ਹੈ ਮਾਸ਼ਾਅੱਲਾ ਨੂਰਾ ਫਾਤੀ ਉਹਦਾ ਨਾਂ ਹੈ ਭਾਰਤੀ ਡਾਂਸਰ ਉਹਨੂੰ ਸਪੈਸ਼ਲ ਜਿਹੜਾ ਨਾ ਭਾਰਤ ਤੋਂ ਬੁਲਾਇਆ ਗਿਆ ਬਾਰਸਲੋਨਾ ਸਪੇਨ ਦੇ ਵਿੱਚ ਛੋਟੇ ਡਾਕੂ ਦੀ ਤਰਫੋਂ ਯਾਨੀ ਕਿ ਮੁੰਨ ਸਲਾਈ ਬਾਈ ਸਾਹਿਬ ਦੀ ਤਰਫੋਂ 84000 ਡਾਲਰ ਇੱਕ ਰਾਤ ਦਾ ਨਿਊ ਇਅਰ ਨਾਈਟ ਤੇ ਉਹਦਾ ਮੁਜਰਾ ਪ੍ਰਾਈਵੇਟ ਪਾਰਟੀ ਜ਼ਿਹੜੀ ਗੱਲ ਛੋਟਾ ਡਾਕੂ ਇਕੱਲਾ ਤਾਂ ਨਹੀਂ ਨਾ ਹੁਣ ਨਾਲ ਕੋਈ ਪੰਜ ਸੱਤ ਦੋਸਤ ਯਾਰ ਕਰੀਬੀ ਵੀ ਤੇ ਹੋਣਗੇ ਨਾ ਜਿਨ੍ਹਾਂ ਦੇ ਨਾਲ ਮਿਲ ਕੇ ਤੇ ਐਨ ਜਨਾਬ ਚੌਰ ਸਾਹਿਬ ਨੇ ਉਹ ਮੁਜਰਾ ਜਿਹੜਾ ਨੂਰਾ ਫਾਤੀ ਦਾ ਵੇਖਿਆ ਜਿਹੜੀ ਮਤਲਬ ਕਿ ਟਾਪ ਦੇ ਨੰਬਰ 1 ਕਾ ਦੁਨੀਆ ਤੇ ਇਸ ਵਕਤ ਉਹ ਮੁਜਰੇ ਦੇ لحاظ ਨਾਲ ਜਾਂ ਪਰਫਾਰਮੈਂਸ ਦੇ لحاظ ਨਾਲ ਜਾਂ ਡਾਂਸ ਦੇ لحاظ ਨਾਲ ਜਾਂ ਇਸ ਸਾਰਾ ਖੂਬਸੂਰਤੀ ਦੇ لحاظ ਨਾਲ ਜਿਹੜੇ ਉਹਦੇ ਰੋਲੇ ਨੇ 84000 ਡਾਲਰ ਇੱਕ ਰਾਤ ਦਾ ਮੁਜਰਾ ਇੱਕ ਰਾਤ ਦਾ ਇਨੇ ਮਨੁਸਲਾਈ ਸਾਹਿਬ ਨੇ ਉਹਨੂੰ ਪੇਮੈਂਟ ਜਿਹੜੀ ਹੈ ਉਹ ਕੀਤੀ ਨਿਊ ਇਅਰ ਨਾਈਟ ਤੇ ਇੱਕ ਛੋਟਾ ڈاکੂ ਸਾਹਿਬ ਜਿਹੜੇ ਨੇ ਇਹ ਪੰਜਾਬ ਦੇ ਤੇ ਸਾਨੂੰ ਮਸਲਾ ਕੋਈ ਨਹੀਂ ਚੌਧਰੀ ਸਾਹਿਬ ਤੁਸੀਂ ਹਰ ਰੋਜ਼ ਮੁਜਰਾ ਕਰਾਓ ਹਰ ਰੋਜ਼ ਡਾਂਸ ਪਾਰਟੀ ਕਰਾਓ ਲੇਕਿਨ ਆਪਣੇ ਪੈਸਿਆਂ ਨਾਲ ਕਰਾਓ ਇਹ 84000 ਡਾਲਰ ਜਿਹੜਾ ਇੱਕ ਰਾਤ ਦਾ ਜਿਹੜਾ ਤੁਸੀਂ ਮੁਜਰੇ ਦਾ ਦਿੱਤਾ ਸੀ ਨੂਰਾ ਫਾਤੀ ਨੂੰ ਉਹ ਪੰਜਾਬ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਹੈ ਉਹ ਪਾਕਿਸਤਾਨ ਦੇ ਲੋਕਾਂ ਦਾ ਲੁੱਟਿਆ ਹੋਇਆ ਪੈਸਾ ਹੈ ਕਿਉਂਕਿ ਆਪਣੀ ਜੇਬ ਦੇ ਵਿੱਚੋਂ ਤੇ ਤੁਸੀਂ ਆਪਣੀ ਹਲਾਲ ਦੀ ਕਮਾਈ ਦੇ ਵਿੱਚੋਂ ਤੇ 84000 ਡਾਲਰ ਦਾ ਇਹ 84000 ਡਾਲਰ ਹੋਵੇ ਜਿਹੜੀ ਉਹਨੂੰ ਪੇਮੈਂਟ ਕੀਤੀ ਗਈ ਬਾਕੀ ਜਿਹੜਾ ਉਹਦਾ ਆਣਾ ਔਰ ਜਾਣਾ ਔਰ ਰਹਿਣਾ ਉਹ ਅਲੱਗਾ ਖਰਚਾ ਜ਼ੈਰੀ ਗੱਲ ਹੈ ਉਹਨੇ ਬਿਜ਼ਨਸ ਕਲਾਸ ਤੇ ਆਣਾ ਹੋਏਗਾ 7 ਸਟਾਰ ਹੋਟਲ ਤੇ ਰਹਿਣਾ ਹੋਏਗੀ ਸਾਰੇ ਮਾਮਲਾ ਉਹ ਅਲੱਗਾ ਖਰਚਾ ਅਗੋਂ ਜਿਹੜੇ ਉਹਦੇ ਏਜੰਟ ਹੋਣਗੇ ਜਿਨ੍ਹਾਂ ਦੇ ਜ਼ਰੀਏ ਉਹ ਆਈ ਉਹਨਾਂ ਦਾ ਖਰਚਾ ਅਲੱਗਾ ਕਮਿਸ਼ਨ ਅਲੱਗਾ ਹੋਏਗੀ ਇਹਦੇ ਉਹ ਪੈਸੇ ਨੇ ਜਿਹੜੇ ਭਾਰਤੀ ਉਹ ਟੈਕਸ ਵਾਲਿਆਂ ਫੜ ਲੈ ਉਹਦੇ ਬੈਂਕ ਵਿੱਚ ਉਹਨਾਂ ਕਿਹਾ ਇਹ 84000 ਡਾਲਰ ਕਿਥੋਂ ਆਏ ਪਰ ਇਹ ਦੱਸਣਾ ਪਹਿਲੇ ਸੰਤੋ ਉਹਨੇ ਕਿਹਾ ਜੀ ਇਹ ਆਂਜ ਮੈਂ ਤੇ ਉੱਥੇ ਛੋਟਾ ਡਾਕੂ ਜਿਹੜਾ ਪੰਜਾਬ ਦਾ ਉੱਧ ਪਰਲੇ ਪੰਜਾਬ ਦਾ ਉਹਨੇ ਮੈਨੂੰ ਬੁਲਾਇਆ ਸੀ ਤੇ ਮੈਂ ਪਰਫਾਰਮੈਂਸ ਕਰਕੇ ਆਈਆਂ ਤੇ ਉਹਨੇ ਮੈਨੂੰ ਇਹ ਪੈਸੇ ਦਿੱਤੇ ਨੇ ਆ ਵੇਖ ਲਓ ਅੱਲਾਹ ਅੱਲਾਹ ਤੇ ਖੈਰ ਸਲਾ ਇਹ ਭਾਂਡਾ ਉਹਨਾਂ ਦੇ ਟੈਕਸ ਡਿਪਾਰਟਮੈਂਟ ਨੇ ਜਿਹੜਾ ਇਹ ਫਾੜਿਆ ਮੈਂ ਤੇਰੇ ਕੋਲ 84000 ਦੀ ਇਕੱਠੀ ਜਿਹੜੀ ਆ ਇਹ ਟਰਾਂਜੈਕਸ਼ਨ ਹੋਈ ਹੈ ਇੰਟਰਨੈਸ਼ਨਲ ਇਹ ਕੌਣ ਨੇ ਜਿੰਨੇ ਤੈਨੂੰ ਦਿੱਤਾ ਉਹਨੇ ਕਿਹਾ ਜੀ ਆ ਮੈਂ ਉੱਥੇ ਮੁਜਰਾ ਕਰਕੇ ਆਈਆਂ ਛੋਟੇ ਚੋਰੀ ਸਾਹਿਬ ਕੋਲ ਉਹਨਾਂ ਨੇ ਦਿੱਤਾ ਤੇ ਮੈਂ ਬਰ ਇਹੀ ਕੰਮ ਹੈ ਬਚੋਰ ਸਭ ਮੁਜਰਾ ਕਰਾਓ ਇੰਜੋਏ ਕਰੋ ਇਹ ਪੂਰੀ ਪੂਰੀ ਹਫਤਾ ਹਫਤਾ ਕਰੋ ਲੇਕਿਨ ਆਪਣੇ ਪੈਸਿਆਂ ਨਾਲ ਪਾਕਿਸਤਾਨ ਦੇ ਔਰ ਸਾਡੇ ਪੰਜਾਬ ਵਾਲਿਆਂ ਦੇ ਲੁੱਟੇ ਪੈਸਿਆਂ ਨਾਲ ਨਹੀਂ ਤੇ ਬਹਰਬਲ ਅਸੀਂ ਰੈਡ ਬਰਾਂਡ ਤੇ ਅੱਗੇ ਨਿਕਲੇ ਨੇ ਇੰਟਰਪੋਲ ਦੀ ਵਿਜ਼ਰੀਏ ਤੇ ਅਸੀਂ ਅਦਾਰਿਆਂ ਨੂੰ ਕਹਾਂਦੇ ਕਿ ਸਰ ਜੀ ਜਦੋਂ ਤੁਸੀਂ ਇਹ ਕਦੀ ਪਾਕਿਸਤਾਨ ਤੁਹਾਡੇ ਕੋਲ ਆ ਗਿਆ ਤੇ ਇਹ 84000 ਡਾਲਰ ਦਾ ਵੀ ਇਮਾਨਦਾਰੀ ਦੇ ਨਾਲ ਹਿਸਾਬ ਤੁਸੀਂ ਲੈ ਲਿਆ ਜੇ ਛੋਟੇ ਡਾਕੂ ਕੋਲੋਂ ਬਕਾਉਲ ਇਮਰਾਨ ਖਾਨ ਇਹ ਵੱਡਾ ਡਾਕੂ ਤੇ ਛੋਟਾ ਡਾਕੂ ਨਾਮ ਜਿਹੜਾ ਇਮਰਾਨ ਖਾਨ ਨੇ ਪਾਇਆ ਅਸੀਂ ਨਹੀਂ ਪਾਇਆ ਸਾਡੇ ਆਸਤੇ ਬੜੇ ਕਾਬਲੇ ਇhtਰਾਮ ਨੇ ਚੌਰੀ ਸਾਹਿਬ ਮਨੂਸਲਾਈ ਸਾਹਿਬ ਵੀ ਤੇ پرویز ਲਾਈ ਸਾਹਿਬ ਵੀ ਅੱਛਾ ਜੀ ਅੱਗੇ ਆਜੋ ਮਲਕ ਰਿਆਜ਼ ਨੇ ਨਿਆਜ਼ੀ ਦੀ ਮੰਜੀ ਠੋਕ ਦਿੱਤੀ ਤੇ ਵਾਦਾ ਮਾਫ ਗੁਆ ਅਲ ਕਾਦਰ ਟਰਸਟ ਕੇਸ ਸੁਪਰੀਮ ਕੋਰਟ ਦੇ ਵਿੱਚ ਇਹਦੀ ਗੂੰਜ ਹੈ ਗੂੰਜ ਹੈ ਸਰਕਾਰ ਤੇ ਉੱਥੇ ਸੁਪਰੀਮ ਕੋਰਟ ਜਿਹੜੀ ਹੈ ਉਹਨਾਂ ਨੇ ਜ਼ਹਿਰੀ ਗੱਲੇ ਤੁਹਾਨੂੰ ਪਤਾ ਹੈ ਪੁਰਾਣੇ ਕੇਸ ਦੇ ਵਿੱਚ ਮਲਕ ਰਿਆਜ਼ ਨੂੰ ਵੀ ਬੁਲਾਇਆ ਹੈ ਉੱਥੇ ਤੇ ਇਹ ਨਵਾਂ ਕੱਟਾ ਜਿਹੜਾ ਖੁੱਲ ਗਿਆ ਹੈ ਗੱਲ ਤੇ ਉਹੀ ਹੈ ਨਾ 60 ਅਰਬ ਰੁਪਏ ਵਾਲੀ ਉੱਥੇ ਮਲਕ ਰਿਆਦ ਸਾਹਿਬ ਨੇ ਉਹਨਾਂ ਨੇ ਵੀ ਆਪਣਾ ਬਿਆਨ ਬਿਆਨ ਹਲਫੀ ਹੈ ਜੋ ਵੀ ਹੁੰਦਾ ਹੈ ਹਲਫੀ ਹੁੰਦਾ ਹੈ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਤੁਸੀਂ ਬਿਆਨ ਦੇਣਾ ਹੈ ਉਹ ਬਿਆਨ ਹਲਫੀ ਹੋਏਗਾ ਨਾ ਜੀ ਉੱਥੇ ਝੋਟਕਾ ਡਾਲ ਥੋੜੀ ਚੱਲਦੇ ਉਹ ਵਕੀਲ ਦੇ ਜ਼ਰੀਏ ਉੱਥੇ ਜਮਕਰਾਜ ਜਿੱਦਾਂ ਨੋਟਿਸ ਦਾ ਜਵਾਬ ਜਿਹੜਾ ਉਹਨੂੰ ਗਿਆ ਸੀ ਔਰ ਉਹਦੇ ਵਿੱਚ ਮਲਕ ਰਿਆਦ ਸਾਹਿਬ ਕਹਿੰਦੇ ਨੇ ਕਿ ਮੇਰੇ ਨਾਲ ਤੇ ਨਫਰਾਟ ਕੀਤਾ ਪੀਰਨੀਦਰ ਗਿਆਜ਼ੀ ਔਰ ਗੋਗੀ ਨੇ ਮੈਨੂੰ ਆਹ ਦੇਣਾ ਸੀ ਇੱਥੇ ਅਦਾਰਾ ਬਣਾਣਾ ਹੈ ਉਹਦੇ ਵਿੱਚ ਫਲਾ ਹੋਏਗੀ تعلیم ਹੋਏਗੀ ਫਲਾ ਹੋਏਗੀ ਫਲਾ ਹੋਏਗੀ ਲੋਕਾਂ ਦਾ ਭਲਾ ਹੋਏਗਾ ਉਰਾ ਹੋਏਗਾ ਪਰ ਆਉਂਗੇ ਹੁੰਦੇ ਮਿੰਨ ਕੀ ਪਤਾ ਸੀ ਬਾਈ ਫਰਾਡ ਮੇਰਾ ਤਾਂ ਕੰਮ ਹੀ ਮਿੰਨ ਤੇ ਕੋਈ ਕਵੇ ਸਕੂਲ ਬਣਾ ਦੇ ਮੈਂ ਸਕੂਲ ਬਣਾ ਦੇਣਾ ਕੋਈ ਕਵੇ ਕਾਲਜ ਬਣਾ ਦੇ ਮੈਂ ਕਾਲਜ ਬਣਾ ਦੇਣਾ ਮੈਂ ਤਾਂ ਫਲਾਈ ਕੰਮ ਕਰਨਾ ਮਿੰਨ ਕੀ ਪਤਾ ਸੀ ਬਾਈ ਚੋਰ ਡਾਕੂ ਨੇ ਤੇ ਇਹ ਲੁੱਟਦੇ ਨੇ ਪਏ ਮੈਨੂੰ ਤੇ ਮੈਂ ਤਾਂ ਇਸ ਚੱਕਰ ਵਿੱਚ ਬਣਾ ਕੇ ਦਿੱਤਾ ਸੀ ਤੇ ਲਿਆਦਾ ਮਿੰਨ ਨਹੀਂ ਜੇ ਪਤਾ ਇਹਨਾਂ ਨੇ ਮੇਰੇ ਕੋਲ ਧੋਖੇ ਨਾਲ ਸਾਰੀਆਂ ਜ਼ਮੀਨਾਂ ਲਈਆਂ ਨੇ ਗੋਗੀ ਇੰਨੇ ਹਜ਼ਾਰ ਕਨਾਲ ਲੈ ਗਈ ਹੈ ਨਿਆਜ਼ੀ ਇੰਨੇ ਹਜ਼ਾਰ ਕਨਾਲ ਲੈ ਗਿਆ ਪੀਰਨੀ ਇੰਨੇ ਅਰਬ ਲੈ ਗਈ ਹੈ ਹੀਰੇ ਜਵਾਰਾਤ ਲੈ ਗਈ ਹੈ ਅੰਦਾਨ ਮੈਂ ਤੇ ਪਤਾ ਹੀ ਨਹੀਂ ਮੈਂ ਤੇ ਮਾਸੂਮ ਆ ਇਹਨਾਂ ਬਲਕੇ ਮੈਨੂੰ ਲੁੱਟਿਆ ਇਹਨਾਂ ਨੂੰ ਫੜੋ ਜਿਹੜਾ ਬਿਆਨ ਤੁਹਾਨੂੰ ਚਾਹੀਦਾ ਮੇਰੇ ਕੋਲੋਂ ਮੈਂ ਦੇਨਾਂ ਇਹਨਾਂ ਨੂੰ ਫੜੋ ਮੈਂ ਤੇ ਮਾਸੂਮ ਆ ਮੇਰਾ ਤੇ ਤਲਕ ਵਾਸਤੇ ਹੀ ਕੋਈ ਨਹੀਂ ਇਹਨਾਂ ਨਾਲੇ ਤੇ ਫਰਾਡੀਆਂ ਨਿਕਲੇ ਨੇ ਮਤਲਬ ਕੀ ਹੈ ਕਿ ਉਹਦੀ ਜਿਹੜੀ ਉਹਦਾ ਬਿਆਨ ਜਿਹੜਾ ਉਹਨੇ ਜਮ੍ਹਾਂ ਕਰਾਇਆ ਉਹਦੇ ਚ ਗੱਲ ਜਿਹੜੀ ਨਿਕਲਦੀ ਪਈ ਨੁਕਤਾ ਹੈ ਵੇ ਕਿ ਇਹ ਅਲਕਾਦਰ ਟਰਸਟ ਵਾਲੇ ਕੇਸ ਦੇ ਵਿੱਚ ਮਲਕ ਰਿਆਜ਼ ਜਿਹੜਾ ਉਹ ਤਕਰੀਬਨ ਵਾਦਾ ਮਾਫਗੁਆ ਜਿਹੜਾ ਨਾ ਉਹ ਬਣ ਚੁਕੇ ਆ ਅਗਰ ਉਹ ਵਾਦਾ ਮਾਫ ਗੁਆ ਨਹੀਂ ਬਣੇਗਾ ਤੇ ਜ਼ਹਿਰੀ ਗੱਲ ਏ ਉਹਨੂੰ ਵੀ ਅੰਦਰ ਜਾਣਾ ਪਏਗਾ ਭੁਗਤਣਾ ਪਏਗਾ ਬਰਲਾ ਆਪਣੀ ਆਲ ਔਲਾਦ ਔਰ ਪੈਸਾ ਤੇ ਪਾਕਿਸਤਾਨ ਦੇ ਵਿੱਚੋਂ ਕੱਢ ਕੇ ਲੈ ਕੇ ਜਾ ਚੁੱਕੇ ਆ ਔਰ ਧਮਕੀਆਂ ਵੀ ਲਾ ਰਿਆ ਰਿਆਸਤ ਨੂੰ ਕਿ ਅਗਰ ਬੈਰੀਅਰ ਟਾਉਨ ਡਿਫਾਲਟ ਹੋ ਜਾਏਗਾ ਤੇ ਇੰਨਿਆਂ ਲੋਕਾਂ ਦਾ ਰੋਜ਼ਗਾਰ ਜਾਏਗਾ ਇਹ ਹੋਏਗਾ ਉਹ ਹੋਏਗਾ ਇਸ ਤਰ੍ਹਾਂ ਦੀ ਇਹ ਜਿਹੜਾ ਨਾ ਚਵਲਾ ਸ਼ਬਲਾ ਮਾਰਦਾ ਪਿਆ ਲੇਕਿਨ ਇਹ ਵੀ ਕਿ ਉਹ ਮੰਜੀ ਉਸ ਠੋਕ ਦਿੱਤੀ ਨਿਆਜ਼ੀ ਦੀ ਉਹਨੇ ਕਿਹਾ ਜੀ ਇਹਨਾਂ ਮੇਰੇ ਨਾਲ ਫਰਾਡ ਕੀਤਾ ਐ ਗੋਗੀ ਗੈਂਗ ਨੇ ਮੈਂ ਤੇ ਮਸੂਮ ਹਾਂ ਜੀ ਇਹਨਾਂ ਨੇ ਇਹ ਸਾਰਾ ਕੁਝ ਧੰਦਾ ਮੇਰੇ ਕੋਲੋਂ ਲਿਆ ਮੈਨੂੰ ਤੇ ਪਤਾ ਹੀ ਨਹੀਂ ਕਿ ਮੈਨੂੰ ਹੋਇਆ ਕੀ ਹੈ ਜੱਜ ਸਾਹਿਬ ਤੇ ਲਿਹਾਜ਼ਾ ਮੈਂ ਸਾਰਾ ਕੁਝ ਲਿਖਣ ਨੂੰ ਦੇਣ ਨੂੰ ਬਿਆਨਸ਼ਾਨ ਸਾਰੇ ਦੇਣ ਨੂੰ ਤਿਆਰ ਹਾਂ ਤੇ ਇਹਨਾਂ ਦੀ ਮੰਜੀ ਠੋਕ ਮੇਰਾ ਕੋਈ ਤਲਕ ਵਸਤਾ ਨਹੀਂ ਤੇ ਇਸ ਵਾਸਤੇ ਮੈਂ ਕਹਿ ਰਿਹਾ ਕਿ ਮਲਕ ਰਿਆਜ਼ ਨੇ ਨਿਆਜ਼ੀ ਦੀ ਮੰਜੀ ਠੋਕ ਦਿੱਤੀ ਹੈ ਤੇ ਹੁਣ ਬਸ ਵਾਦਾ maaf ਗਵਾਹੀ ਦਾ ਖਾਤੀ ਉਹਨੇ ਹੁਣ ਲਿਖਣਾ ਹੈ ਜਾਂ ਆ ਕੇ ਦੇਗਾ ਜਾਂ ਵੀਡੀਓ ਕਾਲਿੰਗ ਤੇ ਦੇਗਾ ਬਰ ਆਉਂਦਾ ਤੇ ਨਹੀਂ ਦਬਈਓ ਜਿੰਨੇ ਕੋਦੇ ਖਾਤੇ ਖੁੱਲੇ ਨੇ ਤੇ ਬਾਹਰਲ ਉਹਨੇ ਗਵਾਹੀ ਜਿਹੜੀ ਨਾ ਇਹਦੇ ਖਿਲਾਫ ਇੱਕ ਸਾਹਬ ਦੀ ਦੇ ਦਿੱਤੀ ਅੱਗੇ ਆ ਜਾਓ ਜੀ ਨਵਾਸ਼ਦੀਪ ਸਾਹਿਬ ਦੀ ਅਮਰੀਕੀ سفیر ਨਾਲ ਮੁਲਾਕਾਤ ਮੀਆ ਸਾਹਿਬ ਮਾਸ਼ਾਅੱਲਾ ਜਿਸ ਦਿਨ ਦੇ ਆਏ ਨੇ ਪਾਕਿਸਤਾਨ ਦੇ ਵਿੱਚ ਬਿਜ਼ਨਸ ਕਾਰੋਬਾਰ ਦੀ ਲਹਿਰੀ ਬਹਿਰੀ ਹੈ ਕਾਰੋਬਾਰੀ ਹਜ਼ਾਰਤ ਦੇ ਨਾਲ ਵੀ ਹਰ ਦੂਸਰੇ ਦਿਨ ਹੀ ਉਹ ਮੁਲਾਕਾਤ ਕਰ ਰਹੇ ਨੇ ਕਦੀ ਲਾਹੌਰ ਚੈਂਬਰ ਆਫ ਕਾਮਰਸ ਕਦੀ ਕਿਧਰੇ ਕਦੀ ਕੁਇਟਾ ਕਦੀ ਇੱਧਰ ਕਰੀ ਉੱਧਰ ਲੋਕੀ ਮੁਲਾਕਾਤਾਂ ਕਰ ਰਹੇ ਨੇ ਬਰਤਾਨੀਆਂ ਦੇ سفیر ਨੇ ਕਰ ਰਹੇ ਨੇ ਯੂਰਪੀ سفیر ਕਰ ਰਹੇ ਨੇ ਤੇ ਹੁਣ ਜਨਾਬ ਅਮਰੀਕਾ ਦੇ سفیر ਨੇ ਮੀਮੀਆਂ ਸਾਹਿਬ ਨੇ ਦੇ ਨਾਲ ਮੁਲਾਕਾਤ ਕੀਤੀ ਹੈ ਜ਼ਹਿਰੀ ਗੱਲ ਇਹ ਸਾਰੇ ਮਾਮਲਾਤ ਹੁਣ ਚੱਲਨੇ ਨੇ ਨਜ਼ਰ ਆ ਰਿਹਾ ਕਿ ਮੀਆਂ ਨਵਾਜ਼ ਸ਼ਿਫ ਸਾਹਿਬ ਵਜ਼ੀਰ ਆਜ਼ਮ ਪਾਕਿਸਤਾਨ ਆ ਰਹੇ ਨੇ ਕਿਉਂਕਿ ਪਾਕਿਸਤਾਨ ਦੀ ਤਰੱਕੀ ਦੀ ਜਿਹੜੀ ਮੰਜ਼ਲ ਹੈ ਔਰ ਤਰੱਕੀ ਦਾ ਜਿਹੜਾ ਸ਼ਾਹਕਾਰ ਹੈ ਉਹ ਮੀਆਂ ਨਵਾਜ਼ ਸ਼ਿਫ ਸਾਹਿਬ ਨੇ ਔਰ ਅਸੀਂ ਅਗਰ ਇਮਾਨਦਾਰੀ ਦੇ ਨਾਲ ਅੱਲਾ ਨੂੰ ਹਾਜ਼ਰ ਨਾਜ਼ਰ ਕਰਕੇ ਮੀਆਂ ਨਵਾਜ਼ ਸ਼ਿਫ ਸਾਹਿਬ ਦੇ ਮਨਸੂਬਿਆਂ ਤੇ ਨਜ਼ਰ ਮਾਰੀਏ ਔਰ ਬਾਕੀ ਮੀਆਂ ਨਵਾਸ਼ੀਫ ਨੇ ਕਿੰਨੀ حکومت ਕੀਤੀ 4 ਸਾਲ ਇੱਕ ਕਰਾਂ 2 ਸਾਲ ਇੱਕ ਕਰਾਂ 2 ਸਾਲ ਇੱਕ ਕਰ 8 ਸਾਲ ਵਜ਼ੀਰ ਆਜ਼ਮ ਦੇ ਤੌਰ ਤੇ ਤੇ 8 ਸਾਲਾਂ ਦੇ ਵਿੱਚ ਮੀਆਂ ਨਵਾਸ਼ੀਫ ਸਾਹਿਬ ਨੇ 8 8.5 ਸਾਲ ਕਰ ਲਓ ਉਹਨਾਂ ਦਾ ਪਾਕਿਸਤਾਨ ਕਾ ਵੇਖ ਲਓ ਤੇ ਬਾਕੀ ਜਿਹੜੇ ਜਿਹੜੇ 70 ਸਾਲ ਨੇ ਉਹ ਵੇਖ ਲਓ بڑے بڑے ਹੁਕਮਰਾਨ ਆਏ ਹੋਣਗੇ ਨਾ ਜੀ ਤੇ ਤੁਸੀਂ ਵੇਖ ਲਓ ਭਈ ਮੀਆਂ ਨਵਾਸ਼ੀਫ ਸਾਹਿਬ ਦਾ ਕਿੰਨਾ ਹਿੱਸਾ ਹੈ ਔਰ ਕਿਸ ਸਾਹਿਬ ਨਾਲ ਉਹਨਾਂ ਨੇ ਛੋਟੇ ਛੋਟੇ ਵਕਤ ਦੇ ਵਿੱਚ ਵੀ ਇਹ ਵੱਡੇ ਵੱਡੇ ਕੰਮ ਜਿਹੜੇ ਨੇ ਪਾਕਿਸਤਾਨ ਵਾਸਤੇ ਕੀਤੇ ਨੇ ਪਾਕਿਸਤਾਨ ਨੂੰ ਤਰੱਕੀ ਦੀਆਂ ਮੰਜ਼ਲਾਂ ਦੀ ਤਰਫ ਮੀਆਂ ਸਾਹਿਬ ਹਮੇਸ਼ਾ ਲੈ ਕੇ ਗਏ ਨੇ ਉਹ ਮੋਟਰਵੇイズ ਪਾਕਿਸਤਾਨ ਦੇ ਵਿੱਚ ਜਾਲ ਬਚਾਣਾ ਏ ਇਹ ਕੋਈ ਕਰ ਸਕਦਾ ਔਰ ਅੱਜ ਪਾਕਿਸਤਾਨ ਜਿਹੜਾ ਉਹ ਏਸ਼ੀਆ ਦੀ ਸਭ ਤੋਂ ਬਿਹਤਰੀਨ ਮੋਟਰਵੇਮਾਂ ਪਾਕਿਸਤਾਨ ਦੇ ਵਿੱਚ ਨੇ ਔਰ ਲੋਕੀ ਆ ਕੇ ਇਹ ਭਾਰਤੀ ਲੋਕ ਆ ਕੇ ਮਸਾਲਾ ਦਿੰਦੇ ਨੇ ਠੀਕ ਹੋ ਗਿਆ ਨਾ ਜੀ ਤੇ ਇਸ ਤਰ੍ਹਾਂ ਵੱਡੇ ਵੱਡੇ ਕੰਮ ਮੀਆਂ ਵਾਸੀਫ ਸਾਹਿਬ ਨੇ ਕੀਤੇ ਨੇ ਔਰ ਸੀਪੈਕ ਜਿਹੜਾ ਸੀ ਇਹ ਇੱਕ ਬਹੁਤ ਵੱਡਾ ਮਨਸੂਬਾ ਸੀ ਜਦੇ ਵਿੱਚ ਜ਼ਰਦਾਰੀ ਸਾਹਿਬ ਦਾ ਵੀ ਬਹੁਤ ਵੱਡਾ ਹੱਥ ਏ ਤੇ ਇਹ سفیر ਜਿਹੜੇ ਨੇ ਇਹ ਸਾਰੇ ਵਾਰੀ ਵਾਰੀ ਆ ਕੇ ਮੀਆਂ ਵਾਸੀਫ ਸਾਹਿਬ ਨੂੰ ਮਿਲ ਰਹੇ ਨੇ ਤੇ ਅੜਿਆਲਾ ਜੇਲ੍ਹ ਦੇ ਵਿੱਚੋਂ ਧੂਆਂ ਜਿਹੜਾ ਨਾ ਉਹ ਨਿਕਲਦਾ ਪਿਆ ਕਿਉਂਕਿ ਉੱਥੋਂ ਆਸਤੇ ਜਿਹੜੀ ਖਬਰ ਆਈ ਹੈ ਨਾ ਅਦਾਲਤ ਦੇ ਵਿੱਚੋਂ ਅੱਜ ਇਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸਣਾ ਤੇ ਅਗਲੀ ਖਬਰ ਇਹ ਵੀ ਇਹਦੇ ਵਿੱਚ ਹੀ ਕਿ ਆਰਫ ਹਲਵੀ ਸਾਹਿਬ ਦਾ ਵੱਡਾ ਬਿਆਨ ਆ ਗਿਆ ਆਰਫ ਹਲਵੀ ਸਾਹਿਬ ਵੀ ਮੈਨੂੰ ਲੱਗਦਾ ਠੀਕ ਹੁੰਦੇ ਨੇ ਪਰ ਔਰ ਉਹਨਾਂ ਨੇ ਕਿਹਾ ਕਿ ਅਗਰ ਮੀਆਂ ਵਾਸੀਫ ਇਲੈਕਸ਼ਨ ਜਿੱਤ ਕੇ ਆਂਦੇ ਨੇ ਮジョਰਿਟੀ ਲੈ ਕੇ ਆਂਦੇ ਨੇ ਵਜ਼ੀਰ ਆਗਮ ਬਣਦੇ ਨੇ ਤੇ ਮੈਂ ਉਹਨਾਂ ਕੋਲ وزارت عزمان ਦਾ ਹਲਫ ਲਵਾਗਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ عوام ਜਿਹਨੂੰ ਵੋਟ ਦੇਗੀ ਮੈਂ ਹਲਫ ਜਿਹੜਾ ਉਹ ਮੀਆਂ ਨਵਾਜ਼ ਸ਼ਿਫ ਸਾਹਿਬ ਕੋਲੋਂ ਬਿਲਕੁਲ ਲਵਾਗਾ ਹਲਫ ਹਲਫ ਲਵਾਗਾ ਕਿਉਂਕਿ ਉਹ ਸਦਰ ਪਾਕਿਸਤਾਨ ਹੋਣੇ ਨੇ ਤੇ ਜ਼ਹਰੀ ਗੱਲ ਹੈ وزارت عزمان ਦਾ ਹਲਫ ਮੀਆਂ ਸਾਹਿਬ ਨੇ ਇਨਸ਼ਾਅੱਲਾ ਅਗਰ ਜਿੱਤ ਕੇ ਆਂਦੇ ਨੇ عوام ਦੀ ਬਰਪੂਰ ਹਮਾਇਤ ਦੇ ਨਾਲ ਮੀਆਂ ਸਾਹਿਬ ਆਂਦੇ ਨੇ ਔਰ ਆਪਣੇ ਸੰਗੀਆਂ ਸਾਥੀਆਂ ਦੀ ਇਤਹਾਦੀਆਂ ਦੀ ਹਮਾਇਤ ਦੇ ਨਾਲ ਆਂਦੇ ਨੇ ਤੇ ਜ਼ਹਰੀ ਗੱਲ ਹੈ ਸਦਰ ਪਾਕਿਸਤਾਨ ਨਹੀਂ ਹਲਫ ਜਿਹੜਾ ਨਾ ਉਹ ਲੈਣਾ ਨਾ ਮੀ ਆਪਣਾ ਨਵਾਜ਼ ਸ਼ੀਫ ਸਾਹਿਬ ਕੋਲੋਂ ਤੇ ਆਰਫ ﺍﻟवी ਸਾਹਿਬ ਦਾ ਇਹ ਅੱਛਾ ਬਿਆਨ ਹੈ ਇਹ ਦੋਸਤੀ ਦੇ ਵਿੱਚ ਹੀ ਰਹਿਣਾ ਚਾਹੀਦਾ ਹੈ ਦੁਸ਼ਮਣੀ ਤੱਕ ਨਹੀਂ ਜਾਣਾ ਚਾਹੀਦਾ ਪਾਕਿਸਤਾਨ ਦੇ ਮਾਮਲੇ ਬੜੇ ਗੰਭੀਰ ਨੇ ਤੇ ਰਲ ਮਿਲ ਕੇ ਇਹਨਾਂ ਨੂੰ ਨਵਾਜ਼ ਸ਼ੀਫ ਦੀ ਕਿਆਦਤ ਦੇ ਵਿੱਚ ਹੀ ਅਸੀਂ ਹੱਲ ਕਰ ਸਕਨੇ ਆਂ ਤੇ ਬਹਰਲ ਛੋਟਾ ਡਾਕੂ ਜਿਹੜਾ ਉਹ 84000 ਡਾਲਰ ਇੱਕ ਰਾਤ ਦਾ ਮੁਜਰਾ ਭਾਰਤੀ ਡਾਂਸਰ ਨੂਰਾ ਫਾਤੀ ਨਿਊ ਇਅਰ ਨਾਈਟ ਦੇ ਉੱਤੇ ਕਰਕੇ ਤੇ ਇੰਜੋਏ ਕਰ ਚੁੱਕਿਆ ਜੀ ਯੂਥਿਆ ਜਰਾ ਅੱਗੇ ਗਿਆ ਜੇ ਬਹੁਤ ਸ਼ੁਕਰੀਆ